ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਮਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦੂਸਰਾ ਬੜਾ ਪਿਆਰਾ ਰਾਗ। ਗੁਣੀ ਜਨਾਂ ਦਾ ਮੰਨਣਾ ਹੈ ਕਿ ਮਾਝੇ ਦੀ ਲੋਕ ਧੁਨ ਤੋਂ ਇਹ ਵਿਕਸਿਤ ਹੋਇਆ। ਇਹ ਰਾਗ ਆਪਣੇ ਵਿਸ਼ੇਸ਼ ਚਲਨ ਕਰਕੇ ਬੜਾ ਖੂਬਸੂਰਤ ਹੋ ਨਿਬੜਦਾ ਹੈ। ਇਸ ਰਾਗ ਦੇ ਵਿੱਚ ਦੋਨੋਂ ਗੰਧਾਰ ਅਤੇ ਦੋਨੋਂ ਨਿਸ਼ਾਦ ਦਾ ਪ੍ਰਯੋਗ ਬਹੁਤ ਪਿਆਰੇ ਢੰਗ ਨਾਲ ਗੁਣੀ ਜਨ ਕਰਦੇ ਨੇ। ਆਰੋਹ ਦੇ ਵਿੱਚ ਗੰਧਾਰ ਅਤੇ ਦੈਵਤ ਨੂੰ ਵਰਜਿਤ ਰੱਖਿਆ ਜਾਂਦਾ ਹੈ। ਇਸ ਰਾਗ ਦੀ ਜਾਤੀ ਔੜਵ ਸੰਪੂਰਨ ਹੈ। ਥਾਟ ਇਸਦਾ ਖਮਾਜ ਹੈ। ਗਾਇਨ ਦਾ ਸਮਾਂ ਰਾਤ ਦਾ ਪ੍ਰਥਮ ਪੈਰ ਹੈ। ਰਿਸ਼ਭ ਵਾਦੀ ਸਵਰ ਹੈ, ਪੰਚਮ ਸੰਵਾਦੀ ਸਵਰ ਹੈ। ਇਸ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਰਜ ਹੈ। ਲੋਕ ਗਾਇਨ ਸ਼ੈਲੀਆਂ ਦੇ ਅੰਤਰਗਤ 12 ਮਹਾਮਾਜ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਇਸੇ ਰਾਗ ਦੇ ਵਿੱਚ ਸਾਨੂੰ ਮਿਲਦੀ ਹੈ। ਇਹਦੇ ਨਾਲ ਗੁਰਬਾਣੀ ਲੋਕ ਗਾਇਨ ਸ਼ੈਲੀ ਦਿਨ ਰਹਿਣ ਦਾ ਜ਼ਿਕਰ ਵੀ ਇਸ ਰਾਗ ਦੇ ਵਿੱਚ ਆਉਂਦਾ ਹੈ। ਵਾਰ ਅਤੇ ਅਸ਼ਟਪਦੀਆਂ ਇਸ ਰਾਗ ਦੇ ਵਿੱਚ ਸੁਸ਼ੋਭਿਤ ਹੈ। ਆਓ ਬੜੇ ਪਿਆਰ ਨਾਲ ਇਸ ਰਾਗ ਦੇ ਵਿੱਚ ਕੀਰਤਨ ਅਸੀਂ ਸਰਵਣ ਕਰਦੇ ਹਾਂ। ਭਾਈ ਹਰਜੋਤ ਸਿੰਘ ਜੀ ਜ਼ਖਮੀ ਪਰੰਪਰਾਗਤ ਕੀਰਤਨੀਏ, ਬਹੁਤ ਗੁਣੀ ਕੀਰਤਨੀਏ, ਜਿਨ੍ਹਾਂ ਦਾ ਸਾਰਾ ਖਾਨਦਾਨ, ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਗੁਰਮਤਿ ਸੰਗੀਤ ਦੀ ਡਟ ਕੇ ਪ੍ਰਚਾਰ ਕੀਤਾ, ਭਾਈ ਧਰਮ ਸਿੰਘ ਜੀ ਜ਼ਖਮੀ, ਭਾਈ ਅਮਰੀਕ ਸਿੰਘ ਜੀ ਜ਼ਖਮੀ, ਹੁਣ ਉਹਨਾਂ ਦੇ ਸਪੁੱਤਰ ਭਾਈ ਹਰਜੋਤ ਸਿੰਘ ਜੀ ਜ਼ਖਮੀ ਜੋ ਮਹਾਨ ਕੀਰਤਨੀਏ ਨੇ, ਉਹ ਆਪ ਜੀ ਨੂੰ ਇੱਕ ਸ਼ਬਦ ਸਰਵਣ ਕਰਾਉਣਗੇ ਅਤੇ ਦੂਸਰਾ ਸ਼ਬਦ ਅਜੋਕੇ ਨਵਤਨ ਕੀਰਤਨੀਏ ਭਾਈ ਮਹਾਵੀਰ ਸਿੰਘ ਜੀ ਹਜ਼ੂਰੀ ਦਾ ਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹੜੇ ਰਬਾਬ ਸਾਜ਼ ਨਾਲ ਕੀਰਤਨ ਕਰਦੇ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਬੱਚੇ ਬੱਚੀਆਂ ਤੰਤੀ ਸਾਜ਼ਾਂ ਨੂੰ ਨਾਲ ਲੈ ਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਡਟੇ ਨੇ। ਭਾਈ ਮਹਾਵੀਰ ਸਿੰਘ ਜੀ ਆਪ ਜੀ ਨੂੰ ਦੂਸਰਾ ਸ਼ਬਦ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਰ ਵਹੇ।
जिया।